ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਤੁਹਾਡੇ? ਅਤੇ ਅਸੀਂ ਹੁਣ ਚੱਲੇ ਹਾਂ ਰਮਦਾਸ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਾਬਾ ਬੁੱਢਾ ਜੀ ਦਾ ਸਲਾਨਾ ਜੋੜ ਮੇਲਾ ਚੌ ਸ਼ਰਾਧਾਂ ਦੀ ਚੱਲਣ ਡਿਆ ਵਾ, ਅਤੇ ਆਪਾਂ ਤਾਂ ਤਿਆਰ ਹੋ ਗਏ ਹਾਂ, ਰੈਡੀ ਹਾਂ, ਅਤੇ ਵਿਹਨੇ ਹਾਂ ਭਲਾ ਉਹਨਾਂ ਜੇ ਕਿੰਨਾ ਕੁ ਟਾਈਮ ਹੋਰ ਲਾਉਣਾ ਵਾ। ਅਤੇ ਜਦੋਂ ਤਿਆਰ ਹੋ ਕੇ ਨਿਕਲਦੇ ਹਾਂ ਫਿਰ ਜਾ ਕੇ ਤੁਹਾਨੂੰ ਉੱਥੋਂ ਕਰਾਉਂਦੇ ਹਾਂ ਆਪਣਾ ਗੁਰੂ ਮਹਾਰਾਜ ਦੇ ਦਰਸ਼ਨ, ਅਤੇ ਸਾਰੇ ਗੁਰਦੁਆਰਿਆਂ 'ਚ ਜਾਵਾਂਗੇ ਅਤੇ ਨਾਲ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ। ਕਿੰਨਾ ਕੁ ਟਾਈਮ ਲਾਉਣਾ ਜੀ ਹੋਰ? ਇਹਨੇ ਬੜਾ ਮੂੰਹ ਵੱਟਿਆ, ਕੀ ਗੱਲ ਕੀ ਗੱਲ ਏ? ਚਲੋ ਚਲੋ, ਟਾਈਮ ਬਹੁਤ ਹੋ ਗਿਆ, ਭੀੜ ਉੱਥੇ ਬਹੁਤ ਜ਼ਿਆਦਾ ਹੋ ਗਈ ਹੋਣੀ, ਹੁਣ ਆਪਾਂ ਨੂੰ ਦੂਜੇ ਬੰਨੇ ਦੀ ਜਾਣਾ ਪੈਣਾ। ਮੈਂ ਕੀ ਬੋਲਣ ਦਿਆਂ, ਉਧਰੋਂ ਵੀ ਨਹੀਂ ਲੰਘਦੇ ਹਾਂ, ਆਪਾਂ ਨੂੰ ਦੂਜੇ ਬੰਨੇ ਵੀ ਜਾਣਾ ਪੈਣਾ। ਰੁਮਾਲ ਯਾਰ, ਏਦਾਂ ਦੇ ਨਾ ਕਰਿਆ ਕਰ, ਵੇਖ ਇਹ ਕੀ ਹੋਇਆ, ਇਹ ਕੋਈ ਅਲਾਰਮ ਦਿੰਦਾ ਮੈਂ ਹੈ ਕੰਮ ਹੋਰ ਆ ਜੀ, ਕਿੱਦਾਂ ਨਹੀਂ ਨਹੀਂ ਸੁਣ ਹੁਣ ਹੋਰ ਕੁਝ ਰਹਿੰਦਾ ਵਾ ਕਰਨ ਤਿਆਰੀ? ਚਲੋ ਚਲੋ ਫਿਰ। ਅਗਮ ਦੀ ਚੱਪਲ ਗੱਡੀ ਜੀ ਹਰਮਨ ਦੀ, ਹਰਮਨ ਦੀ ਅਗਮ ਨਾਲ ਰਾਤੀ ਬੜੀ ਬੁਰੀ ਹੋਈ, ਅਗਮ ਦੀ ਰਾਤੀ ਚੱਪਲ ਚੁੱਕ ਲਈ ਜੀ ਨੇ। ਹਾਂ ਫੇਰ ਉਸ ਲਈ ਰੱਟਾ ਵੀ ਤਾਂ ਹੀ ਨਹੀਂ ਲੈ ਕੇ ਦੋ, ਲੈ ਕੇ ਫਿਰ ਦੇਣੀ ਪਈ, ਪਰ ਉਦਾਂ ਦੀ ਨਹੀਂ ਮਿਲੀ ਅਗਮ ਦੀ ਰਾਤੀ, ਮੈਂ ਉਦਾਂ ਦੀ ਨਹੀਂ ਮਿਲੀ। ਸਹੀ ਗੱਲ, ਉਹ ਬਹੁਤ ਉਹ ਸਪੋਰਟਸ ਜੀ ਇਹ ਨਿਆਣਿਆਂ ਵਾਲੀ ਵੇਰ ਆ ਗਈ। ਕੱਪੜੇ ਕੱਪੜੇ ਦੀਦੀ ਉੱਤਰ ਨਾ ਜੇ ਹੁਣ ਵੀ ਲੈਣਾ ਕੁਝ। ਲਓ ਜੀ ਹੁਣ ਆਪਾਂ ਆ ਗਏ ਹਾਂ ਗੁਰਦੁਆਰਾ ਤਪ ਸਥਾਨ ਬਾਬਾ ਬੁੱਢਾ ਜੀ ਰਮਦਾਸ, ਕਰੀਏ ਦਰਸ਼ਨ ਨਾਲੇ ਤੁਹਾਨੂੰ ਵੀ ਕਰਵਾਈਏ। ਬਿਨ ਗੁਰ ਸਾਖਤ ਸੁਖ ਦੁੱਖ ਮੋਹ ਮਨ ਮੰਗੇ ਮੀਏ
नानक राम नाम मति उत्तम हर बख्शे पार उतारे मारू मोहल्ला पहला शरण परे गुरुदेव कुमारी स्मरत दयाल मुरारी तेरे दूध न दाने कोई मनुष्य पुरुष विदाताए मुआद जुगाने करे प्रतपाला कट कट रूपानु पति अल्लाह ਕਿਉਂ ਤੁਧ ਪਾਵੈ ਕਿਵੇਂ ਖਿਲਾਵੈ ਸਭ ਤੇ ਰੋਕੀਆ ਕਮਾਤਾ ਵਾਹੇ ਅੰਤਰ ਜੋਗ ਕਲੀ ਤਨ ਜੀਵਨਾ ਸਭ ਕਰ ਤੁਕੈ ਅਰਥ ਜੀਵਨਾ ਆਪੇ ਜੀਵੈ ਆਪੇ ਜੀਵੈ ਹੁਣ ਅਸੀਂ ਆ ਗਏ ਹਾਂ ਸਮਾਧ ਬਾਬਾ ਬੁੱਢਾ ਜੀ। ਚਲੋ ਆਓ ਇੱਥੇ ਵੀ ਕਰੀਏ ਦਰਸ਼ਨ ਅਤੇ ਤੁਹਾਨੂੰ ਵੀ ਕਰਵਾਈਏ। ਵਾਹਿਗੁਰੂ। ਉਹ ਸਾਈਡ ਦੀਵਾਨ ਲੱਗਾ ਸੀ, ਪਹਿਲਾਂ ਆਪਾਂ ਜਾਂਦੇ ਹਾਂ ਉੱਪਰ ਮੱਥਾ ਟੇਕਦੇ ਹਾਂ, ਉੱਤੋਂ ਕਰਵਾਉਂਦੇ ਹਾਂ ਤੁਹਾਨੂੰ ਦਰਸ਼ਨ, ਅਤੇ ਫਿਰ ਆਪਾਂ ਨੀਚੇ ਵਾਲੀ ਸਾਈਡ 'ਤੇ ਆਵਾਂਗੇ। ਅਸੀਂ ਲੇਟ ਕਾਫੀ ਹੋ ਗਏ ਹਾਂ, ਅਤੇ ਚਲੋ ਇਹ ਤਾਂ ਵੀ ਹੁਣ ਦਰਸ਼ਨ ਖੁੱਲ੍ਹੇ ਹੋ ਜਾਣਗੇ, ਭੀੜ ਹੈ ਨਹੀਂ ਇੰਨੀ। ਅਤੇ ਹੁਣ ਮੈਂ ਉੱਪਰ ਹੀ ਬੈਕ ਸਾਈਡ ਆ ਗਿਆ ਵਾਂ। ਇੱਧਰ ਹੈ ਸਰੋਵਰ ਸਾਹਿਬ, ਉੱਪਰਲੇ ਬੰਨੇ ਵੀ ਪੌੜੀਆਂ ਉਤਰਦੀਆਂ ਨੇ। ਚਲੋ ਇੱਥੋਂ ਕਰਦੇ ਹਾਂ ਪੰਜ ਇਸ਼ਨਾਨਾਂ, ਅਤੇ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਥੱਲੜੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ। ਇਹ ਸਾਈਡ ਲੰਗਰ ਹਾਲ ਹੈ, ਅਤੇ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ। ਬਹੁਤ ਹੀ ਕਿਰਪਾ ਹੋ ਗਈ ਇਹਦੇ ਸਾਈਡ ਜੀ। ਜਦੋਂ ਮਰਜ਼ੀ ਕੋਈ ਆ ਜਾਏ 24 ਘੰਟੇ ਲੰਗਰ ਚੱਲਦਾ ਇੱਥੇ। ਹੁਣ ਆਪਾਂ ਆ ਗਏ ਹਾਂ ਥੱਲੜੀ ਸਾਈਡ, ਇੱਥੋਂ ਵੀ ਕਰੀਏ ਦਰਸ਼ਨ। ਵਾਹਿਗੁਰੂ। ਥੱਲੇ ਵੀ ਬਹੁਤ ਵਧੀਆ ਡੈਕੋਰੇਸ਼ਨ ਹੋਈ ਹੈ।
ਹੁਣ ਆਪਾਂ ਮੱਥਾ ਟੇਕ ਲਿਆ ਵਾ ਅਤੇ ਚੱਲੀਏ ਘਰ ਨੂੰ। ਵੇਖੀਏ ਦੂਜੇ ਜੀ ਵੀ ਆ ਗਏ ਹੋਣੇ ਨੇ ਬਾਹਰ। ਇੱਕ ਵਾਰੀ ਤੁਹਾਨੂੰ ਫਿਰ ਬਾਹਰੋਂ ਸਾਰਾ ਦਿਖਾ ਦਿੰਦੇ ਹਾਂ। ਟਾਈਮ ਕਿੰਨਾ ਹੋ ਗਿਆ ਅਤੇ ਦੁਨੀਆ ਅਜੇ ਵੀ ਵੇਖੋ ਕਿੱਦਾਂ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ। ਅੱਜ ਤਰੀਕ ਹੋ ਗਈ ਹੈ 3 ਅਤੇ ਇਹ ਜਾਣੀ ਕਿ ਹਫ਼ਤਾ ਪੂਰਾ ਚੱਲਦਾ ਰਹਿਣਾ ਮੇਲਾ।